ਸਰਕਾਰ ਦੇ ਅੱਗੇ ਇੱਕ ਡਿਮਾਂਡ ਹੈ ਵੀ ਜਿਹੜੇ ਕਾਨੂੰਨ ਉਹਦੇ ਇੰਪਲੀਮੈਂਟੇਸ਼ਨ ਬਹੁਤ ਸਹੀ ਢੰਗ ਨਾਲ ਹੋਵੇ ਅਤੇ ਜਿਹੜੇ ਫਾਸਟ ਟਰੈਕ 'ਤੇ ਜਿਹੜੇ ਅਦਾਲਤ 'ਚ ਕੇਸ ਚੱਲਦੇ ਉਹਨਾਂ ਦੀ ਸੁਣਵਾਈ ਹੋਵੇ। ਇੱਕ ਸਾਡੇ ਜਿਹੜੀ ਹੈ ਬੱਚਾ ਜਿਸ ਕੁੱਖ ਤੋਂ ਜੰਮਦਾ ਉਹਦੀ ਬੇਪੱਤੀ ਕਰਦਾ, ਉਹਦੇ ਵਿੱਚ ਸ਼ਾਇਦ ਸਾਡੇ ਐਜੂਕੇਸ਼ਨ ਸਿਸਟਮ ਦੀ ਕਮੀਆਂ ਹੈ। ਇਹ ਜਿਹੜੇ ਸਾਡੇ ਸਾਰੇ ਐਜੂਕੇਸ਼ਨ ਸਿਸਟਮ ਦੇ ਵਿੱਚ ਬੱਚਿਆਂ ਨੂੰ ਉਹੋ ਜਿਹੀ ਐਜੂਕੇਸ਼ਨ ਦੇਣੀ ਚਾਹੀਦੀ ਹੈ ਜਿਹੜੀਆਂ ਸਾਡੀਆਂ ਸਾਖੀਆਂ ਬਣ ਗਈਆਂ ਨੇ ਗੁਰੂਆਂ ਦੀਆਂ, ਉਹ ਪੜ੍ਹਾਈਆਂ ਜਾਣ, ਜਿਹਦੇ ਸਿਰਵੇ ਦੇ ਜਿਹੜੀ ਪਰਸਤਰੀ ਨੂੰ ਮਾਤ ਬਖਾਣਿਆ ਗਿਆ। ਸੋ ਕਿ ਉਹ ਮੰਦਾ ਆਖੀਏ ਜਿੱਤ ਜੰਮੇ ਰਾਜਾਂ, ਜਿਸ ਨੇ ਰਾਜਾ ਜੰਮਿਆ ਜਾਂ ਕੰਗਾਲ ਜੰਮੇ, ਸਾਰੇ ਉਸੇ ਮਾਤਾ ਦੇ ਜੰਮੇ ਬੱਚੇ ਹੈ, ਉਹਨਾਂ ਨੂੰ ਇਹੋ ਜਿਹੀ ਐਜੂਕੇਸ਼ਨ ਮਿਲਣੀ ਚਾਹੀਦੀ ਵੀ ਉਹੋ ਜਿਹੇ ਕੰਮ ਕਰੇ ਹੀ ਨਾ ਕੋਈ। ਸਾਡੀ ਸਰਕਾਰ ਅੱਗੇ ਡਿਮਾਂਡ ਇਹੀ ਹੈ ਵੀ ਉਹ ਐਜੂਕੇਸ਼ਨ ਸਿਸਟਮ 'ਚ ਸੁਧਾਰ ਲਿਆਵੇ ਅਤੇ ਕਾਨੂੰਨ ਵਿਵਸਥਾ ਵਿੱਚ ਸੁਧਾਰ ਕਰੇ। ਦੇ ਬਾਰੇ ਇਹ ਕਹਿਣਾ ਚਾਹੂੰਗਾ ਕਿ ਜਦੋਂ ਭਾਰਤ 'ਚ ਬਿਜਲੀ ਨਹੀਂ ਸੀ ਅਤੇ 5 ਸਾਲ ਸ਼ੇਰ ਸ਼ਾਹ ਸੂਰੀ ਨੇ ਰਾਜ ਕੀਤਾ, ਔਰ ਉਹਦੇ ਰਾਜਕਾਲ ਬਾਰੇ ਅਬਾਸ ਖਾਨ ਨਾਂ ਦੇ ਹਿਸਟੋਰੀਅਨ ਨੇ ਲਿਖਿਆ ਕਿ ਇਕੱਲੀ ਕੁੜੀ ਗਹਿਣਿਆਂ ਦਾ ਟੋਕਰਾ ਚੱਕ ਕੇ ਰਾਤ ਦੇ ਹਨੇਰੇ 'ਚ ਜਾ ਸਕਦੀ ਹੈ। ਇਹ ਨਹੀਂ ਕਿ ਉਦੋਂ ਚੋਰ ਡਾਕੂ ਨਹੀਂ ਸੀ, ਪਰ ਚੋਰ ਡਾਕੂ ਨੂੰ ਇਹ ਖਤਰਾ ਸੀ ਜੇ ਮੈਂ ਇਹਨੂੰ ਹੱਥ ਲਾਇਆ ਮੇਰੇ ਹੱਥ ਸ਼ੇਰ ਸ਼ਾਹ ਸੂਰੀ ਨੇ ਵੱਢ ਦੇਣੇ, ਠੀਕ ਹੈ। ਔਰ ਅੱਜ ਰੂਲ ਆਫ ਲਾ ਦੀ ਇੰਪਲੀਮੈਂਟੇਸ਼ਨ ਐਸੀ ਹੋ ਗਈ ਕਿ ਇਹ ਤਾਂ ਇੱਕ ਡਾਕਟਰ ਹੈ ਜਿਹੜੀ ਇੰਨੇ ਟਾਈਮ ਤੋਂ ਜੋਬ ਕਰ ਰਹੀ ਸੀ ਔਰ ਬੜਾ ਸਿਕਿਉਰਿਟੀ ਵਾਲਾ ਜ਼ੋਨ ਸੀ, ਅਤੇ ਕਈ ਤਾਂ ਜਿਹੜੇ ਮਸਲੇ ਹੈ ਰਿਪੋਰਟ ਹੀ ਨਹੀਂ ਹੁੰਦੇ। ਔਰ ਸਾਡੀ ਤਾਂ ਗੌਰਮੈਂਟ ਤੋਂ ਮੰਗ ਹੈ ਕਿ ਇਹ ਕੁਛ ਐਸੇ ਕ੍ਰਾਈਮ ਹੈ, ਇਹਦਾ ਫਾਂਸੀ ਜਾਂ ਉਮਰ ਕੈਦ ਨਹੀਂ, ਇਹਦਾ ਤਾਂ ਕੁਛ ਐਸੀ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਜਿੱਦਾਂ ਦੀ ਅਰਬ ਕੰਟਰੀ 'ਚ ਮਿਲਦੀ ਹੈ, ਤਾਂ ਲੋਕ ਡਰਨਗੇ, ਤਾਂ ਕ੍ਰਿਮੀਨਲ ਡਰੇਗਾ, ਨਹੀਂ ਤਾਂ ਇਹ ਇੱਦਾਂ ਹੀ ਚੱਲਦਾ ਰਹੇਗਾ ਕੰਮ। ਔਰ ਬਹੁਤ ਸਾਰੇ ਕੇਸਿਸ ਇਹ ਤਾਂ ਆ ਗਿਆ ਸਾਹਮਣੇ, ਬਹੁਤ ਸਾਰੇ ਥੱਪੜਾਂ ਦੇ ਜਿਹੜੇ ਨਿਸ਼ਾਨ ਹੈ ਮੇਕਅਪ ਦੇ ਥੱਲੇ ਛੁਪੇ ਰਹਿੰਦੇ ਆ, ਉਹ ਸਾਹਮਣੇ ਨਹੀਂ ਆਉਂਦੇ, ਬਹੁਤ ਸਾਰੀ FIR ਹੁੰਦੀਆਂ ਨਹੀਂ ਅਤੇ ਬਹੁਤ ਸਾਰੀਆਂ ਦਬਾ ਦਿੱਤੀਆਂ ਜਾਂਦੀਆਂ। ਬਸ ਮੈਂ ਇੰਨਾ ਕਹਿੰਦਾ। ਮਾਮਲੇ ਦੀ ਜਾਂਚ CBI ਕਰ ਰਹੀ, ਪੱਛਮ ਬੰਗਾਲ ਦੀ ਮੁੱਖ ਮੰਤਰੀ ਰੋਡ ਤੇ ਸੜਕਾਂ ਤੇ ਬੈਠ ਗਈ। ਦੇਖੋ ਗੱਲ ਇਹ ਹੈ, ਉਹ ਮਮਤਾ ਬੈਨਰਜੀ ਆਪਣਾ ਆਪਣੇ ਢੰਗ ਨਾਲ ਕੰਮ ਕਰ ਰਹੇ, ਪਰ ਮੇਰੇ ਹਿਸਾਬ ਦੇ ਨਾਲ CBI ਨੂੰ ਹੀ ਇਹਦੀ ਇਨਕੁਆਇਰੀ ਦਿੱਤੀ ਜਾਣੀ ਚਾਹੀਦੀ ਔਰ ਉਹ ਟਾਈਮਲੀ ਹੋਣੀ ਚਾਹੀਦੀ। ਇਹ ਨਾ ਹੋਵੇ ਕਿ ਕਈ ਵਾਰੀ ਇਹ ਹੁਣ ਅੱਜ ਮੋਮਬੱਤੀਆਂ ਜਗਾਈਆਂ, ਕੱਲ੍ਹ ਨੂੰ ਕੇਸ ਚੱਲ ਪਿਆ, ਪਰਸੋਂ ਬੰਦੇ ਬਰੀ ਹੋ ਜਾਂਦੇ ਆ। ਸਾਡੇ ਸਿਸਟਮ ਦੇ ਵਿੱਚ ਬੜੇ ਹੋਲ ਹੈ, ਘੱਟੋ ਘੱਟ ਇੱਦਾਂ ਫਿਰ ਡਾਕਟਰਸ ਦਾ ਮਨੋਬਲ ਡਿੱਗ ਜਾਏਗਾ। ਅੱਗੇ ਹੀ ਸਾਡੇ ਕੋਲ ਜਿਹੜਾ 1 ਲੱਖ ਸੀਟਸ ਹੈ ਸਿਰਫ MBBS ਦੀਆਂ, ਔਰ ਜਿਹੜੇ ਚੰਗੇ ਚੰਗੇ ਡਾਕਟਰ ਤਾਂ ਹੀ ਬਾਹਰ ਚਲੇ ਜਾਂਦੇ ਆ, ਚੰਗੇ ਚੰਗੇ ਇੰਜੀਨੀਅਰ ਤਾਂ ਹੀ ਚਲੇ ਜਾਂਦੇ ਆ, ਕਿਉਂਕਿ ਲੜਕੀ ਦੀ ਤਾਂ ਸਿਕਿਉਰਿਟੀ ਹੋਈ ਹੈ ਨਹੀਂ। ਔਰ ਬਹੁਤ ਲੋਕ ਡਰੇ ਹੋਏ ਆ, ਖਾਸ ਤੌਰ 'ਤੇ ਲੜਕੀਆਂ, ਕਿਉਂਕਿ ਵੱਡੇ ਮਹਾਂਨਗਰਾਂ 'ਚ ਬਹੁਤ ਟੈਰਰ ਹੈ। ਅੱਜ ਕੱਲ੍ਹ ਇੱਕ ਨਵਾਂ ਟ੍ਰੈਂਡ ਚੱਲ ਪਿਆ, ਸਾਰੇ ਪਹਿਲਾਂ ਕਹਿੰਦੇ ਹੁੰਦੇ ਸੀਗੇ ਕਿ ਆਪਣੀ ਕੁੜੀਆਂ ਨੂੰ ਸਮਝਾਓ ਕਿ ਕਿੱਦਾਂ ਬਚਣਾ। ਮੈਂ ਤੁਹਾਨੂੰ ਸਾਰਿਆਂ ਨੂੰ ਇਹ ਅਪੀਲ ਕਰਨਾ ਚਾਹੁੰਦਾ, ਬਹੁਤ ਜ਼ਿਆਦਾ ਸਾਨੂੰ ਐਜੂਕੇਸ਼ਨ ਆਪਣੇ ਮੁੰਡਿਆਂ ਨੂੰ ਦੇਣ ਦੀ ਲੋੜ ਹੈ, ਕਿਉਂਕਿ ਅੱਜ ਰੱਖਿਆ ਬੰਧਨ ਹੈ। ਹਰ ਇੱਕ ਭੈਣ ਜਦੋਂ ਵੀ ਰੱਖੜੀ ਬੰਨ੍ਹਦੀ ਹੈ, ਉਹ ਇਹੀ ਆਪਣੇ ਭਰਾ ਨੂੰ ਪ੍ਰਣ ਲੈਂਦੀ ਹੈ ਕਿ ਮੇਰੀ ਰੱਖਿਆ ਤੁਸੀਂ ਕਰਨੀ ਹੈ, ਔਰ ਉਹੀ ਭਰਾ ਜਦੋਂ ਕੱਲ੍ਹ ਨੂੰ ਕਿਸੇ ਦੀ ਭੈਣ ਨਾਲ ਗਲਤ ਕਰਦਾ, ਉਹਨੂੰ ਵੀ ਇਹ ਸੋਚਣਾ ਚਾਹੀਦਾ ਕਿ ਉਹਦੀ ਵੀ ਸਿਸਟਰ ਹੈ, ਉਹਦੀ ਵੀ ਮਦਰ ਹੈ। ਦੇਖੋ ਜੀ, ਸਾਰਿਆਂ ਨੂੰ ਆਪਣੇ ਆਪਣੇ ਬੱਚਿਆਂ ਨੂੰ, ਖਾਸ ਕਰਕੇ ਮੁੰਡਿਆਂ ਨੂੰ ਇਹ ਐਜੂਕੇਟ ਕਰਨਾ ਚਾਹੀਦਾ ਹੈ ਕਿ ਹਰ ਕਿਸੇ ਲੜਕੀ ਨੂੰ ਆਪਣੀ ਸਿਸਟਰ ਔਰ ਮਦਰ ਵਾਂਗ ਦੇਖੋ, ਇੱਜ਼ਤ ਨਾਲ ਦੇਖੋ। ਇਹੀ ਮੇਰੀ ਅਪੀਲ ਹੈ, ਕਿਉਂਕਿ ਅਸੀਂ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਸਾਰੇ, ਔਰ ਅੱਜ ਕੱਲ੍ਹ ਇੱਕ ਨਵਾਂ ਟ੍ਰੈਂਡ ਚੱਲ ਗਿਆ ਕਿ ਕੈਂਡਲ ਮਾਰਚ ਨੂੰ ਸਾਰੇ ਕਹਿਣ ਲੱਗ ਪਏ ਕਿ ਇਹ ਤਾਂ ਕੈਂਡਲ ਮਾਰਚ ਕਰਦੇ ਹਾਂ, 2 ਦਿਨ ਬਾਅਦ ਖਤਮ ਹੋ ਜਾਂਦਾ। ਮੈਂ ਉਹਨਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਤੁਸੀਂ ਵੀ ਉੱਠੋ, ਜੇ ਸਾਰੇ ਅੱਜ ਕੱਲ੍ਹ ਇਗਜ਼ਾਮਪਲ ਦਿੱਤੀ ਜਾ ਰਹੀ ਹੈ ਮਹਾਂਭਾਰਤ ਦੀ ਕਿ ਇੱਕ ਮਤਲਬ ਹਰਨ ਹੋਣ ਕਰਕੇ ਪੂਰੀ ਮਹਾਂਭਾਰਤ ਹੋ ਗਈ ਸੀ, ਸ਼ਾਇਦ ਉਹ ਵੀ ਟਾਈਮ ਜਲਦੀ ਆ ਜਾਏਗਾ ਜੋ ਹਾਲਾਤ ਸਾਡੇ ਚੱਲ ਰਹੇ ਆ। ਸੋ ਪਲੀਜ਼ ਸਾਰਿਆਂ ਨੂੰ ਦੁਬਾਰਾ ਇਹੀ ਰਿਕੁਐਸਟ ਹੈ, ਆਪਣੇ ਆਪਣੇ ਮੁੰਡਿਆਂ ਨੂੰ ਐਜੂਕੇਟ ਕਰੋ, ਨਾ ਕਿ ਕੁੜੀਆਂ ਨੂੰ। ਮੁੰਡੇ ਸਮਝ ਗਏ ਤਾਂ ਇਹ ਵਾਰਦਾਤ ਕਦੀ ਹੋਣੀਆਂ ਹੀ ਨਹੀਂ ਹੈ ਜੀ। ਸ਼ੁਕਰੀਆ। ਸਾਡੇ ਯੂਥ ਕਲੱਬ ਵੱਲੋਂ ਇੱਕ ਕੈਂਡਲ ਮਾਰਚ ਕੱਢਿਆ ਗਿਆ ਜਸਟਿਸ ਲਈ,
ਜਿਹੜੀ ਡਾਕਟਰ ਦੀ ਨਿਰਮਮ ਹੱਤਿਆ ਕੀਤੀ ਗਈ, ਬੜਾ ਖਿਲੌਣਾ ਅਪਰਾਧ ਕੀਤਾ ਗਿਆ, ਬਹੁਤ ਹੀ ਜ਼ਿਆਦਾ ਬੱਚੀ ਨਾਲ ਦੁੱਖਦਾਈ ਘਟਨਾ ਹੋਈ ਹੈ। ਉਹਦੇ ਲਈ ਅਸੀਂ ਇੱਕ ਕੈਂਡਲ ਮਾਰਚ ਨਿਕਾਲਿਆ ਹੈ। ਇਹ ਕੈਂਡਲ ਮਾਰਚ ਸਾਡੇ ਵੱਲੋਂ ਇੱਕ ਅਪੀਲ ਹੈ ਹਿੰਦੁਸਤਾਨ ਦੀ ਗੌਰਮੈਂਟ ਨੂੰ ਕਿ ਇਹਦੇ ਲਈ ਇੱਕ ਵਧੀਆ ਤੋਂ ਵਧੀਆ ਇੱਦਾਂ ਦਾ ਕੋਈ ਕੰਮ ਕੀਤਾ ਜਾਵੇ ਕਿ ਦੁਬਾਰਾ ਇੱਦਾਂ ਦਾ ਕੰਮ ਨਾ ਹੋਵੇ, ਇੱਦਾਂ ਦੀ ਇਹਨਾਂ ਨੂੰ ਇੱਕ ਸਜ਼ਾ ਦਿੱਤੀ ਜਾਵੇ ਵੀ ਦੁਬਾਰਾ ਇੱਦਾਂ ਦਾ ਅਪਰਾਧ ਕਰਨ ਦੀ ਕਿਸੇ ਦੀ ਹਿੰਮਤ ਹੀ ਨਾ ਪਵੇ। ਇਸ ਲਈ ਸਾਡੀ ਇਹੀ ਅਪੀਲ ਹੈ ਔਰ ਇਹਨੂੰ ਅਸੀਂ ਇਨਸਾਫ ਦਿਲਾਉਣਾ ਚਾਹੁੰਦੇ ਹਾਂ ਵੀ ਇੱਦਾਂ ਦਾ ਦੁਬਾਰਾ ਕੰਮ ਨਾ ਕੀਤਾ ਜਾਵੇ।